ਪੁਰਾਣੇ ਤੇ ਖੂਹ ਦੀਆਂ ਕੀੜਾਂ ਥੱਕ ਟੁੱਟ ਗਈਆਂ। ਐਲਾਨ ਦੁਬਾਰਾ ਸਮਾਪਤ ਫਰਮਾਉਣ ਪੰਜਾਬ ਪੁਲਿਸ ਦੇ ਨੁਮਾਇੰਦੇ ਜਿਹੜੇ ਗਰਾਊਂਡ ਇੰਤਜ਼ਾਮੀਆਂ ਨੇ ਇਹਨਾਂ ਦੇ ਜਿਹੜੇ ਹੈਡ ਨੇ ਕਾਇੰਡਲੀ ਜ਼ਰਾ ਕਹਾ ਕੇ ਤਾਰਕ ਨਜ਼ੀਰ ਸਾਹਿਬ ਦੇ ਨਾਲ ਰਾਬਤਾ ਕਰਨ, ਨਰਵੀਰ ਨਜ਼ੀਰ ਸਾਹਿਬ ਦੇ ਨਾਲ ਰਾਬਤਾ ਕਰਨ, ਡਿਸਟ੍ਰਿਕਟ ਸਪੋਰਟਸ ਕਮੇਟੀ ਨਾਲ ਰਾਬਤਾ ਕਰਨ ਆ ਗਏ ਜੀ, ਬਹੁਤ ਮਿਹਰਬਾਨੀ। ਲਓ ਜੀ ਬੰਦੇ ਗਰਾਊਂਡ ਖਾਲੀ ਕਰਦੇ ਹੋਏ, ਕਰੀ ਤਾੜੀਆਂ ਮਾਰ ਲਓ ਪਾਕਿਸਤਾਨ ਵਾਰਡ ਦਾ। ਮੈਦਾਨ ਦੇ ਵਿੱਚ ਮੁਹੰਮਦ ਸ਼ਫੀਕ ਚਿਸ਼ਤੀ ਤੇ ਕਪੂਰਾ ਨਾਲੇ ਪੈਰਾਂ ਉੱਤੇ ਕੈਮ ਚਿਸ਼ਤੀ, ਇੰਨਾ ਮਹਾਨ ਇੱਥੇ ਮੈਦਾਨ ਦੇ ਵਿੱਚ ਹੈ ਤੇ ਕਪੂਰਾ ਨਾਲੇ ਪੈਰਾਂ ਉੱਤੇ ਕੈਮ ਲੱਗਦਾ, ਇੱਥੇ ਪੁੰਡਨੇ ਨੂੰ ਭਾਈਓ ਕੈਮ ਲੱਗਦਾ। ਚਲ ਠੀਕ ਹੈ, ਤੇਰੇ ਅੰਦਰ ਲੈ ਆ ਚੋਏ ਮੁਹੰਮਦ ਸ਼ਫੀਕ ਚਿਸ਼ਤੀ, ਅਕਬਰ ਸ਼ਹਿਜ਼ਾਦ ਜੱਕਰ, ਮਲਕ ਬਿਨਯਾਮੀਨ, ਆਦਮ ਸਿਆਲ, ਖਾਨਪੱਟੀ, ਨੌਜਵਾਨ ਸੰਸਦ ਲੋਕ ਪਾਕਿਸਤਾਨ ਮੁਸ਼ਰਫ ਜਵੇ ਜਜਵਾ ਸਦਕੇ ਜਾਵਾ ਨੌਜਵਾਨ, ਨਾ ਹੈ ਮੁਸ਼ਰਫ ਦਾ ਬਾਠ ਹੈ, ਜੱਗ ਸਾਰਾ ਜਾਣਦਾ ਟੋਟੀ ਦਾ ਰਾਗ, ਟੋਟੀ ਦਾ ਰਾਗ ਮੈਦਾਨਾਂ ਦਾ ਪ੍ਰਬੰਧਿਆ ਜਾਫੀ ਮੇਰੇ ਮੈਦਾਨ ਦੇ ਵਿੱਚ ਹਮਾਦ ਦਾ ਛੋਟਾ ਵੀਰਾ, ਇੱਧਰ ਪਾਕਿਸਤਾਨ ਆਰਮੀ ਦੋਸਤੋ, ਅਗਰ ਤੁਸੀਂ ਕਬੱਡੀ ਦੇ ਰੌਂਚਕ ਤੇ ਨਵੇਂ ਮੈਚਿਸ ਦੇਖਣਾ ਚਾਹੁੰਦੇ ਹੋ ਤੇ ਸਾਡਾ ਚੈਨਲ ਇੰਟਰਨੈਸ਼ਨਲ ਕਬੱਡੀ ਕਲੱਬ ਲਾਜ਼ਮੀ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਦਬਾ ਦਿਓ ਤਾਂ ਕਿ ਜਦੋਂ ਵੀ ਕੋਈ ਨਵਾਂ ਮੈਚ ਆਵੇ ਤੇ ਸਭ ਨਾਲੋਂ ਪਹਿਲੇ ਤੁਸੀਂ ਦੇਖ ਸਕੋ। ਪਾਕਿਸਤਾਨ ਦਾ ਇਸ ਵੇਲੇ ਸਭ ਤੋਂ ਤੇਜ਼ ਤਰੀਨ ਰਿਟਰ ਜਾਬਰ ਕੰਬੋ, ਇੱਕ ਦੋ ਤਿੰਨ ਨਹੀਂ ਅਸੀਂ ਚਾਰ ਭਰਾ, ਜਿਹੜਾ ਚੰਗਾ ਲੱਗਦਾ ਤੂੰ ਹੱਥ ਉਸਨੂੰ ਲਾ, ਤੂੰ ਹੱਥ ਉਸਨੂੰ ਲਾ, ਪੁਆਇੰਟ ਇੱਕ ਵਾਰੀ ਫਿਰ ਹੋ ਗਿਆ ਜਾਬਰ ਕੰਬੋ ਦਾ। ਚੱਲ ਜਾਣਾ ਪਾਕ ਮੰਡੀ, ਪਾਕਿਸਤਾਨ ਆਰਮੀ ਦਾ ਨੌਜਵਾਨ ਕਹਿੰਦੇ ਪੁੱਤਰ ਹਟਾ ਦੇ ਨਹੀਂ ਵਿਕਦੇ, ਕੀ ਲੱਭਦੀ ਫਿਰੇ ਬਾਜ਼ਾਰ ਕੁੜੇ, ਮਸ਼ਰਫ ਜਵੇ ਚੁੱਕਿਆ ਵੱਡਾ ਜਵਾਨ, ਵੱਡੀ ਤਾੜੀ, ਵੱਡੀ ਤਾੜੀ ਦੀ ਆਵਾਜ਼ ਆਉਣੀ ਚਾਹੀਦੀ ਆ ਜੀ, ਆ ਜਾਣਾ ਜੀ ਮਸ਼ਰਫ ਜਵੇ ਚੁੱਕਿਆ। ਹਾਂਜੀ ਪੁਆਇੰਟ ਜਾਓ, ਰੇਡਰ ਦਾ ਹੋ ਗਿਆ ਜੀ। ਚੱਲ ਜਵਾਨਾ ਖਾਲਿਦ ਹੁਸੈਨ ਪੱਟੀ, ਪਾਕਿਸਤਾਨ ਵਾਰਡ ਨਾਲ ਤਲਕ
ਲਾਹੌਰ ਦਾ ਰਹਿਣ ਵਾਲਾ ਤੇਜ਼ ਤਰੀਨ ਰੇਡਰ ਇੰਟਰਨੈਸ਼ਨਲ ਖਿਡਾਰੀ ਖਾਲਿਦ ਹੁਸੈਨ ਭੱਟੀ ਜੀ ਅਮਾਨਾ ਸਵੇ ਗੁੱਟ ਫੜਨੇ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਨਹੀਂ ਇੰਗਲੈਂਡ ਕੈਨੇਡਾ ਦਾ ਟੂਰ ਵੀ ਕੀਤੇ ਹੋਏ ਦਰਮਿਆਨ ਚ ਨਿਕਲਿਆ ਮੌਲਵੀ ਜੀ ਮੌਲਵੀ ਆਰਫ ਜੀ ਆਏ ਦਿਨ ਛੁੱਟੀ ਦੇ ਰਹਿ ਗਏ ਜਿਹੜੇ ਚਿਸ਼ਤੀ ਦੇ ਨਾਲ ਪਿਆਰ ਕਰਦੇ ਆ ਮੁਹੰਮਦ ਸ਼ਫੀਕ ਚਿਸ਼ਤੀ ਜੀਓ ਜਾਣਾ ਚਾਰ ਜਾਫੀ ਬਿਲਕੁਲ ਦੀਵਾਰੇ ਚੀਨ ਬਣਾਈ ਖੜੇ ਆ ਵੇਖੋ ਕਿਹਦੇ ਨਾਲ ਕਰਦਾ ਟੱਚ ਸ਼ਮਸੁਦੀਨ ਮਤਲੂਬ ਅਲੀ ਮਤਲੂਬਾ ਜੀਓ ਜਾਣਾ ਜੀ ਸ਼ਕੀਲ ਆਏ ਹਾਏ 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 ਸਜਾਦ ਗੁਜਰ ਦੇ ਪਟਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਕਾਮਯਾਬ ਨਹੀਂ ਹੋ ਸਕੇ ਮਾਰੂਫ ਮੁੰਡੇ ਪਿੰਡੀਆਂ ਦੇ ਨੌਜਵਾਨ ਫੈਸਲਾਬਾਦ ਦੀ ਧਰਤੀ ਨਾਲ ਇਸ ਨੌਜਵਾਨ ਦਾ ਤਲਕ ਆ ਮਾਰੂਫ ਮੁੰਡੇ ਪਿੰਡੀਆਂ ਇਸ ਨੂੰ ਕਹਿੰਦੇ ਆ ਪਾਕਿਸਤਾਨ ਆਰਮੀ ਦੇ ਨਾਲ ਤਲਕ ਆ ਫੇਜੋ ਕਰਕਾ ਟੱਚ ਮਾਰਿਆ ਔਰ ਡਬਲ ਟੱਚ ਕਹਿੰਦੇ ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੱਲੇ ਦਾ ਖੇਡਾਂ ਵਿੱਚੋਂ ਖੇਡ ਕਬੱਡੀ ਪਰ ਜੱਫਾ ਇਕੱਲੇ ਇਕੱਲੇ ਦਾ ਜੱਫਾ ਇਕੱਲੇ ਇਕੱਲੇ ਦਾ ਇੱਕ ਵਾਰ ਫਿਰ ਗਿਆ ਜਾਬਰ ਕੰਬੋ ਚੱਲ ਵੀ ਲਾਲਾ ਜਾਬਰ ਕੰਬੋ ਇਸ ਵੇਲੇ ਵਰਲਡ ਦੇ ਬੈਸਟ ਰੇਡਰਾਂ ਦੇ ਵਿੱਚ ਇਹਦਾ ਸ਼ੁਮਾਰ ਹੁੰਦਾ ਮਤਲੂਬ ਅਲੀ ਨੇ ਪਕੜਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਉਹ ਲੱਭਣਾ ਲਾਲ ਗੁਆਚਾ ਮਿੱਟੀ ਨਾ ਫਰੋਲ ਜੋਗੀਆ ਨਹੀਂ ਉਹ ਲੱਭਣਾ ਲਾਲ ਗੁਆਚਾ ਮਿੱਟੀ ਨਾ ਫਰੋਲ ਜੋਗੀਆ ਚੱਲ ਜਾਂਦਾ ਹਾਂ ਇਮਰਾਨ ਮਾਨਾ ਨੂੰ ਕਹਿੰਦੇ ਛੋਟਾ ਮਾਨਾ ਮੌਲਵੀ ਆਰਫ ਸਾਹਿਬ ਅੱਲਾ ਵੇ ਅੱਲਾ ਅੱਲਾ ਵੇ ਅੱਲਾ ਹਾਏ 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 ਮਾਰਮ ਮਾਨੇ ਦੇ ਨਾਲ ਦੀਆਂ ਤਾੜੀਆਂ ਬੈਲਡਨ ਵੀ ਛੋਟਾ ਮਾਨਾ ਇਸ ਨੌਜਵਾਨ ਨੂੰ ਕਹਿੰਦੇ ਆ ਮੌਲਵੀ ਆਰਫ ਨੇ ਪਕੜਨ ਦੀ ਕੋਸ਼ਿਸ਼ ਕੀਤੀ ਸੀ ਬੈਲਡਨ ਮਿਹਰਬਾਨੀ ਕਰੋ ਬਾਹਰ ਕੱਢੋ ਯਾਰ ਕੀ ਕਰਦੇ ਹੋ
ਯਾਰ ਕੋਈ ਜਿਹੜਾ ਆ ਜਿਹੜੀਆਂ ਟੀਮਾਂ ਨੇ ਮੈਚ ਹੋਣਾ ਵਾ ਆਪਣੀ ਗਰਾਊਂਡ ਦੇ ਵਿੱਚ ਬੈਠੋ ਮਨਸੀ ਆਪਣੀ ਗਰਾਊਂਡ ਦੇ ਵਿੱਚ ਬਈ ਫਰਿਆਦ ਜੱਟ ਸਾਹਿਬ ਆਪਣੀ ਗਰਾਊਂਡ ਦੇ ਵਿੱਚ ਜਿਹਦੇ ਵਿੱਚ ਮੈਚ ਹੋਣਾ ਵਾ ਆਪਣੀ ਗਰਾਊਂਡ ਦੇ ਵਿੱਚ ਔਰ ਦੂਸਰੀ ਗਰਾਊਂਡ ਦੇ ਵਿੱਚ ਵੀ ਮੈਚ ਸ਼ੁਰੂ ਹੋਣ ਲੱਗਾ ਮੌਲਵੀ ਆਰਫ ਔਰ ਮਾਨੇ ਨੇ ਪਾਈ ਹੋਈ ਕਬੱਡੀ ਪੁਆਇੰਟ ਮਾਨੇ ਦਾ ਜੀ ਮਿਹਰਬਾਨੀ ਕਰੋ ਪੁਲਿਸ ਨੂੰ ਵੀ ਬਾਰ ਬਾਰ ਗੁਜ਼ਾਰਿਸ਼ ਕੀਤੀ ਜਾਂਦੀ ਆ ਕਿ ਜਿਹੜੇ ਤਮਾਸ਼ਾਈ ਹਜ਼ਰਾਤ ਆ ਕੋਈ ਤਮਾਸ਼ਾਈ ਹਜ਼ਰਾਤ ਕੋਈ ਚਿੱਟ ਕੱਪੜੀਆ ਬੰਦਾ ਜਿਹੜਾ ਉਹ ਗਰਾਊਂਡ ਦੇ ਵਿੱਚ ਨਾ ਹੋਵੇ ਸ਼ਹਿਜ਼ਾਦ ਅਕਬਰ ਡੋਗਰ ਪਾਕਿਸਤਾਨ ਦਾ ਤੇਜ਼ ਤਰੀਨ ਰੇਡਰ ਫਲਾਇੰਗ ਹਾਰਸ ਆਫ ਪਾਕਿਸਤਾਨ ਸ਼ਹਿਜ਼ਾਦ ਅਕਬਰ ਡੋਗਰ ਚੱਲ ਸ਼ਹਿਜ਼ਾਦ ਅਕਬਰ ਡੋਗਰ ਜੀ ਕਹਿੰਦੇ ਕੋਈ ਸੋਨੇ ਦਾ ਗਲਾਸ ਹੋਵੇ ਕਿਸੇ ਚੱਟ ਲੈਂਦਾ ਬੰਦਾ ਜਿੱਡਾ ਵੀ ਚਲਾਕ ਹੋਵੇ ਵੈਲਡਨ ਜੀ ਸ਼ਹਿਜ਼ਾਦ ਅਕਬਰ ਡੋਗਰ ਨੇ ਰੇਡ ਦੇ ਉੱਤੇ ਜੱਫਾ ਹੋਇਆ ਅਬਦੁਲ ਹਕੀਮ ਇੰਟਰਨੈਸ਼ਨਲ ਮੈਚ ਰੈਫਰੀ ਉਹਨਾਂ ਨੇ ਇਸ਼ਾਰਾ ਕੀਤਾ ਕਿ ਪੁਆਇੰਟ ਇੱਕ ਵਾਰੀ ਫਿਰ ਹੋ ਗਿਆ ਜਾਫੀ ਦਾ ਵੱਡਾ ਜ਼ੋਰ ਤਾਨੀ ਸਰਬ ਜਵੇ ਚੰਗੂਆ ਇਹ ਮਾਨੂ ਨੂੰ ਕੀਆ ਹਾਏ 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 ਤਾਨੀ ਡੋਟ ਗਈ ਕਾਜਰਾਂ ਵਾਲੀ ਇਹ ਕੈਂਠੇ ਵਾਲਾ ਤਿਲਕ ਗਿਆ ਹਲਕਾ ਜਿਹਾ ਵਾਪਸ ਲਿਆ ਔਰ ਪੁਆਇੰਟ ਹੋ ਗਿਆ ਇੱਕ ਵਾਰੀ ਫਿਰ ਚੱਲ ਜੋਨਾ ਖਾਲਦ ਹੁਸੈਨ ਪੱਟੀ ਜਾ ਖਾਲਦ ਹੁਸੈਨ ਪੱਟੀ ਤੇਰੇ ਸਤਰੀਨ ਰੇਡਰ ਆ ਇਸ ਵੇਲੇ ਪਾਕਿਸਤਾਨ ਦਾ ਬਹੁਤ ਜ਼ਿਆਦਾ ਇਸ ਨੌਜਵਾਨ ਦਾ ਇੰਟਰਨੈਸ਼ਨਲ ਟੂਰ ਆ ਖਾਲਦ ਹੁਸੈਨ ਪੱਟੀ ਦੀ ਪਈ ਹੋਈ ਕਬੱਡੀ ਚੱਲ ਜਾਫੀਆਂ ਦੀ ਬਣੀ ਸੰਗਲੀ ਹਾਏ 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 ਸ਼ਕੀਕ ਚੱਟ ਨਾ ਖਾਣੇ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਖਾਲਦ ਪੱਟੀ ਦਾ ਤੇਰੇ ਸਤਰੀਨ ਰੇਡਰ ਆ ਕਹਿੰਦਾ ਜੀ ਆਰ ਜਵਾਲਾ ਜੀ ਰਾਣਾ ਨਈਮ ਬਾਬਰ ਰਾਣਾ ਨਈਮ ਬਾਬਰ ਚੱਲ ਬਈ ਮੁਸ਼ਰਫ ਜਵੇਦ ਜੰਝੂਆ ਜੀ ਆਰ ਪਾਕਿਸਤਾਨ ਦਾ ਖੂਨ ਖਾਰ ਜਾਫੀ ਤਾੜੀਆਂ ਨਹੀਂ ਚਾਹੀਦੀਆਂ ਦਰਮਿਆਨ ਹੋ ਗਿਆ ਲਾਲਾ ਜਾਬਰ ਕੰਬੋ ਚੱਲ ਜਵਾਨਾ ਪਾ ਕਬੱਡੀ ਮਾਨੇ ਦੀ ਪਈ ਹੋਈ ਕਬੱਡੀ ਵੱਧ ਕੇ ਲੱਗਿਆ ਹਾਏ ਹਾਏ ਮੌਸਮ ਵਾਲਾ ਹਾਏ ਖੂਨਖਾਰ ਜਾਫੀ ਦੇ ਨਾਂ ਤੇ ਮਸ਼ਹੂਰ ਆ ਹਾਏ ਰਾਣਾ ਨਾਟਕ ਕੇ ਖਲੋ ਗਿਆ ਮੇਰਾ ਆ ਗਿਆ ਜੀ ਮਾਨਾ ਤੇਰੇ ਸਤਰੀਨ ਰੇਡਰ ਇਸ ਵੇਲੇ ਮਾਨੇ ਦਾ ਪੁਆਇੰਟ ਲੈਣ ਦੇ ਵਿੱਚ ਕਾਮਯਾਬ ਹੋ ਗਿਆ ਮਾਨੇ ਦੀ ਰੇਡ ਇੱਕ ਵਾਰੀ ਫਿਰ ਆਇਆ ਸ਼ਫੀਕ ਚਿਸ਼ਤੀ ਜਿਹਨੂੰ ਚਿਸ਼ਤੀ ਦੀ ਕੌਡੀ ਪਸੰਦ ਆ ਜਰਾ ਉੱਠ ਕੇ ਤਾੜੀ ਮਾਰੋ ਪਤਾ ਲੱਗੇ ਕਿ ਫੈਸਲਾਬਾਦ ਦੇ ਲੋਕਾਂ ਨੇ ਜਵਾਨੀ ਸਾਂਭ ਕੇ ਰੱਖੀ ਹੋਈ ਜਾਫੀ ਚੱਲ ਜਵਾਨਾ ਮੁਹੰਮਦ ਸ਼ਫੀਕ ਚਿਸ਼ਤੀ ਚਾਰ ਜਾਫੀਆਂ ਦੀ ਬਣੀ ਹੋਈ ਸੰਗਲੀ ਸ਼ਮਸੁਦੀਨ ਸੱਜਾਦ ਗੁੱਜਰ ਮਤਲੂਬਾ ਦੀ ਮਤਲੂਬਾ ਤੇ ਸ਼ਕੀਨਾ ਜੱਟ ਤੇ ਸ਼ਫੀਕ ਚਿਸ਼ਤੀ ਦੋਵੇਂ ਇੰਟਰਨੈਸ਼ਨਲ ਖਿਲਾੜੀ ਆ ਦੋਨਾਂ ਨੇ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਨਹੀਂ ਉਹ ਲੱਭਣਾ ਲਾਲ ਗੁਆਚਾ ਮਿੱਟੀ ਨਾ ਫਰੋਲ ਜੋਗੀ ਆ ਨਹੀਂ ਉਹ ਲੱਭਣਾ ਲਾਲ ਗੁਆਚਾ ਮਿੱਟੀ ਨਾ ਫਰੋਲ ਜੋਗੀ ਆ ਮਾਰੂਫ ਚੱਲ ਮਾਰੂਫ ਅਲੀ ਮੁੰਡੇ ਪਿੰਡੀਆਂ ਇਹਦੇ ਨਾਲ ਨਾਲ ਮੈਂ ਤੁਹਾਨੂੰ ਪਾਟਾਂ ਦੇ ਲਈ ਇਕੱਲਾ ਕਨਫਰਮੇਸ਼ਨ ਦਿੰਦਾ
ਮੁੰਡਾ ਰਾਣੂ ਕਾਹ ਮੁਹੰਮਦ ਮੁੰਡਾ ਵੇਤੇ
ਗੱਲਾਂ ਤਾਂ ਨਹੀਂ ਹੋਣੀ ਚਾਹੀਦੀਆਂ ਸੁਝਾਵ ਗੁਜਰ ਵਾਸਤੇ ਨਹੀਂ ਪਾਕਿਸਤਾਨ ਦਾ ਇਸ ਵੇਲੇ ਜਿਹੜੇ ਉਹ ਨੌਜਵਾਨ ਜਾਫੀ ਆ ਸ਼ਾਹਜ਼ੋਰ ਜਾਫੀ ਜਿਹਨੇ ਇੰਡੀਆ ਦੇ ਵਿੱਚ ਵਰਲਡ ਕੱਪ ਖੇਡਦੇ ਹੋਏ ਆ ਇੰਡੀਆ ਦਾ ਸਾਰੇ ਤਾਕਤਵਰ ਖੇਡਰਾਂ ਨੂੰ ਦੇਖਿਆ ਸੀ ਮੈਦਾਨ ਦੇ ਵਿੱਚ ਬਾਜ਼ੀਆਂ ਲੋੜੀਆਂ ਸੀ ਅੱਜ ਉਹੀ ਨੌਜਵਾਨ ਫਿਰ ਇੱਕ ਵਾਰੀ ਗਰਾਊਂਡ ਦੇ ਵਿੱਚ ਆਪਣੀ ਟੀਮ ਵੱਲੋਂ ਜੋਹਰ ਦਿਖਾ ਲਿਆ ਚੰਦ ਮਾਨਾ ਮਾਨਾ ਜੀ ਜੀ ਅਮਰਨੇ ਚੱਟਾ ਉਹਦੀ ਚੱਟ ਦਾ ਤੇ ਚੱਲਦਾ ਹੀ ਗਰਾਊਂਡਾਂ ਵਿੱਚ ਪੁਨਾਸ ਦਾ ਬਾਦਸ਼ਾਹ ਕੋਲ ਆਪਣੀ ਟੀਮ ਨੂੰ ਹੀ ਸੈਕਸ਼ਨ ਦੇ ਰਹੇ ਅਬਦੁਲ ਹਕੀਮ ਮਹਿਫੀ ਚੈਲੰਜ ਜੀ ਜਾਬਰ ਕੰਬੋ ਬਿਹਤਰੀਨ ਅਲੀ ਅਲੀ ਤੇ ਜਾਬਰ ਕੰਬੋ ਅਲੀ ਵੀ ਨੌਜਵਾਨ ਖਿਡਾਰੀ ਹੈ ਔਰ ਜਾਬਰ ਕੰਬੋ ਵੀ ਨੌਜਵਾਨ ਖਿਡਾਰੀ ਹੈ ਹਾਏ ਅਲੀ ਪੁਆਇੰਟ ਜਾਫੀ ਦਾ ਜੀ ਜਾਬਰ ਕੰਬੋ ਬਾਜ਼ੀ ਨਹੀਂ ਬਾਜ਼ੀ ਹੋਣੀ ਚਾਹੀਦੀ ਹੈ ਜਾਬਰ ਕੰਬੋ ਇੱਕ ਵਾਰੀ ਲਈ ਹਾਂ ਚੱਲ ਵੇਖੋ ਬਾਜ਼ੀ ਇੱਕ ਬਾਜ਼ੀ ਮਾਰਦੇ ਖੈਰ ਬਹੁਤਾ ਜ਼ੋਰ ਨਹੀਂ ਲੱਗਦਾ ਰਾਹਾਂ ਤੋਂ ਜਾਵੇ ਰਾਹਾਂ ਦੀ ਮਿੱਟੀ ਨੂੰ ਚੁੰਮਣ ਮੇਰੀਆਂ ਅੱਖਾਂ ਮੇਰੇ ਢੋਲ ਸਫਾਈਆਂ ਤੈਨੂੰ ਰੱਬ ਦੀਆਂ ਰੱਖਾਂ ਮਲਕ ਬਿਨੀਆਂ ਮੀਂਹ ਚੰਦ ਮਲਕ ਬਿਨੀਆਂ ਬੀਨ ਦੀ ਪਈ ਹੋਈ ਰੇਟ ਚਾਰ ਜਾਫੀਆਂ ਦੀ ਬਣੀ ਹੋਈ ਸੰਗਲੀ ਸਿੱਧੇ ਕਦੀ ਖੱਬੇ ਹੋ ਕੇ ਪੂਰਾ ਜ਼ੋਰ ਲਾ ਰਹੇ ਆ ਇਸ ਵੇਲੇ ਮਲਕ ਬੀਆਂ ਮੀਨ ਬਰੇਡ ਦੇ ਉੱਤੇ ਚਿੱਟੇ ਰੰਗ ਦਾ ਪੱਛਾ ਔਰ ਗੋਰਨ ਸ਼ੋਰ ਰੰਗ ਮਤਲੂਬ ਅਲੀ ਮਤਲੂਬਾ ਆਏ ਨਹਾਇਤ ਤਜਰਬਾਕਾਰ ਜਾਫੀਆਂ ਪਕੜਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਕਾਬੂ ਨਹੀਂ ਆਇਆ ਪੁਆਇੰਟ ਹੋ ਗਿਆ ਮਤਲੂਬ ਅਲੀ ਦਾ ਕਮਿਸ਼ਨਰ ਫੈਸਲਾਬਾਦ 41ਵੀਂ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦਾ ਜਿਹੜਾ ਅੱਜ ਇਹ ਕਾਂਟੇਦਾਰ ਮੈਚ ਹੋ ਰਿਹਾ ਮਿਸ਼ਨਰ ਜੁਆ ਚਾਲਮ ਸ਼ਰਫ ਹੈ ਹਾਏ 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 ਵੈਲਡਨ ਜੀ ਮਿਸ਼ਨਰ ਜੁਆ ਜੰਜੂਆ ਤੋਂ ਉਸਮਾਨ ਡੋਕਰ ਉਸਮਾਨ ਡੋਕਰ ਤੇ ਜੰਜੂਆ ਉਸਮਾਨ ਡੋਕਰ ਤੇ ਜੰਜੂਆ ਰਾਹ ਢੱਕ ਕੇ ਖਲੋ ਗਿਆ ਮੇਰਾ ਤੇ ਕਾਫੀ ਸੋਹਣਾ ਮੁੰਡਾ ਜੰਜੂਆ ਦਾ ਹਾਏ 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 ਰਾਹ ਢੱਕ ਕੇ ਖਲੋ ਗਿਆ ਮੇਰਾ ਤੇ ਕਾਫੀ ਸੋਹਣਾ ਮੁੰਡਾ ਜੰਜੂਆ ਦਾ ਵੈਲਡਨ ਜੀ ਜੁਆ ਜੀ ਚੰਦ ਖਾਲਦ ਹੁਸੈਨ ਪੱਟੀ ਤੇਜ਼ਤਰੀਨ ਰੇਡਰ ਆ ਇਸ ਵੇਲੇ ਪਾਕਿਸਤਾਨ ਦਾ ਪਈ ਹੋਈ ਰੇਡ ਖਾਲਦ ਹੁਸੈਨ ਪੱਟੀ ਆਏ ਹਾਏ ਹਾਏ ਚੰਦ ਵਿੱਚ ਸੰਚਾਲ ਗੁੱਜਰ ਬਹੁਤ ਤੇਜ਼ਤਰੀਨ ਗੱਡੀ ਸੀ ਪਕੜਨ ਦੀ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬ ਨਹੀਂ ਹੋ ਸਕਿਆ ਪੁਆਇੰਟ ਇੱਕ ਵਾਰੀ ਫਿਰ ਹੋ ਗਿਆ ਸੱਜਾ ਆਏ ਪੁਆਇੰਟ ਰੇਡਰ ਦਾ ਹੋ ਗਿਆ ਮਾਨਾ ਗਿਆ ਵੀ ਰੇਡ ਦੇ ਉੱਤੇ ਇੱਕ ਇਰਫਾਨ ਮਾਨਾ ਜਿਹੜਾ ਜਿਹਦੀ ਪਾਕਿਸਤਾਨ ਏਅਰਫੋਰਸ ਦੀ ਟੀਮ ਦਾ ਕਪਤਾਨ ਆ ਦੂਸਰੇ ਪਾਸੋਂ ਮਾਨਾ ਇੱਕ ਛੋਟਾ ਮਾਨਾ ਜਿਹੜਾ ਪਾਕਿਸਤਾਨ ਆਰਮੀ ਵੱਲੋਂ ਰੇਡਾ ਕਰ ਰਿਹਾ ਉਹਦਾ ਵੀ ਅੱਜ ਇਸ ਗਰਾਊਂਡ ਦੇ ਵਿੱਚ ਪੂਰਾ ਧਾਕ ਬੋਲ ਰਹੀ ਆ ਮੋਹਸਨ ਵਾਲਾ ਜਿਹਨੇ ਵਰਲਡ ਲੀਗ ਔਰ ਲਾਹੌਰ ਲਾਇਨ ਵੱਲੋਂ ਖੇਡਦੇ ਹਾਂ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਬਗਲਾਂ ਭਰੀਆਂ ਆਏ ਹਾਏ 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 ਜੀ ਜਾਨਾ ਜੀ ਪਾਣੀ ਡੋਲ ਗਈ ਝਾਂਜਰਾਂ ਵਾਲੀ ਤੇ ਕੈਂਠੇ ਵਾਲਾ ਤਿਲਕ ਗਿਆ ਪਾਣੀ ਡੋਲ ਗਈ ਝਾਂਜਰਾਂ ਵਾਲੀ ਤੇ ਕੈਂਠੇ ਲੈ ਵੀ ਜੇਨੂੰ ਜੇਨੂੰ ਜਾਬਰ ਕੌਰ ਕੰਬੋਲ ਦੀ ਕਬੱਡੀ ਪਸੰਦ ਆ ਤਾੜੀ ਆਉਣੀ ਚਾਹੀਦੀ ਹੈ ਤਾੜੀ ਆਉਣੀ ਚਾਹੀਦੀ ਹੈ ਜਾਬਰ ਕੰਬੋਲ ਦੀ ਜੇਨੂੰ ਜੇਨੂੰ ਕਬੱਡੀ ਪਸੰਦ ਆ ਬਹੁਤ ਮਜ਼ਬੂਤ ਭਾਜਾ ਮਿੱਤਰਾ ਭਾਜਾ
ਤੇਰੇ ਮਗਰ ਬੰਦੂਕਾਂ ਵਾਲੇ ਚੱਲ ਜਾਣਾ ਖਾਲਦ ਹੁਸੈਨ ਪੱਟੀ, ਚੱਲ ਖਾਲਦ ਪੱਟੀ। ਅੱਜ ਤਾਰੀਖੀ ਮੈਚ ਪਾਕਿਸਤਾਨ ਫੌਜ ਦਾ ਔਰ ਪਾਕਿਸਤਾਨ ਆਰਮੀ ਦੇ ਦਰਮਿਆਨ। ਅੱਜ ਤੱਕ ਪਾਕਿਸਤਾਨ ਆਰਮੀ ਨੇ 3 ਦਫਾ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ, ਜਦਕਿ ਪਾਕਿਸਤਾਨ ਫੌਜ ਦਾ ਵੀ 18 ਦਫਾ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਹੈ। ਅੱਜ ਕਮਿਸ਼ਨ ਫੈਸਲਾਬਾਦ 41ਵੀਂ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦਰਮਿਆਨ ਇਹ ਚੱਲਦਾ ਹੋਇਆ ਮੈਚ ਨੌਜਵਾਨ ਖਿਡਾਰੀ ਮਲਕ ਬਿਨਿਆਮੀਨ ਪਈ ਰੇਡ, 4 ਜਾਫੀਆਂ ਦੀ ਅੱਗੇ ਬਣੀ ਹੋਈ ਸੰਗਲੀ, ਇੱਕ ਕੰਨੀ ਤੇ ਅਲੀ ਔਰ ਦੂਸਰੀ ਕੰਨੀ ਤੇ ਸ਼ਮਸੁਦੀਨ ਵਰਨਨ ਜੀ ਅਲੀ। ਆਏ ਹਾਏ ਹਾਏ ਆਰਮੀ ਵਾਲੇ ਨੂੰ ਤਾਰਾ ਟੱਬਰ ਹੀ ਲੱਗ ਗਏ ਹੋ। ਹਾਂਜੀ ਵੈਲਡਨ ਮਲਕ ਬਿਨਿਆਮੀਨ, ਚੱਲ ਜਾਣਾ ਪਾਕ ਵੱਡੀ ਵੈਲਡਨ ਰਾਣਾ ਨਹੀਂ ਬਾਬਰ। ਦੂਸਰੀ ਗਰਾਊਂਡ ਦੇ ਵਿੱਚ ਪਾਕਿਸਤਾਨ ਏਅਰਫੋਰਸ ਦੀ ਟੀਮ ਤੁਹਾਡੇ ਸਾਹਮਣੇ ਵਾਰਮ ਅਪ ਕਰ ਰਹੀ ਆ, ਉਹ ਵੀ ਮੈਚ ਅਤੀਕ ਪਾਵਰਾ ਆਏ ਹਾਏ ਹਾਏ ਅਤੀਕ ਪਾਵਰ ਤੇ ਰਾਣਾ ਨਹੀਂ ਬਾਬਰ, ਅਤੀਕ ਪਾਵਰ ਤੇ ਰਾਣਾ ਨਹੀਂ ਬਾਬਰ, ਅਤੀਕ ਪਾਵਰ ਤੇ ਰਾਣਾ ਨਹੀਂ ਬਾਬਰ। ਮਾਹੀ ਸਾਡਾ ਨਿੱਕਾ ਜਿਹਾ ਅਸੀਂ ਖਿੱਚ ਕੇ ਬਰਾਬਰ ਕੀਤਾ ਜੀਓ ਜੀ। ਜਾਬਰ ਕੰਬੋਲ ਤੇ ਅਲੀ, ਅਲੀ ਤੇ ਜਾਬਰ ਕੰਬੋਲ, ਆਏ ਹਾਏ 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 ਪੁਆਇੰਟ ਜਾਬਰ ਕੰਬੋਲ ਦਾ, ਪੁਆਇੰਟ ਜਾਬਰ ਕੰਬੋਲ ਦਾ ਨਾਲਾ ਜਾਬਰ ਕੰਬੋ ਕਹਿੰਦੇ ਕੁੱਕੜ ਕਾਂ ਕੰਬੋ ਕਬੀਲਾ ਪਾਲ ਦੇ, ਕੁੱਕੜ ਕਾਂ ਕੰਬੋ ਕਬੀਲਾ ਪਾਲ ਦੇ। ਬਹੁਤ ਹੀ ਖੂਬਸੂਰਤ ਮੈਚ ਹੋ ਰਿਹਾ, ਚੱਲ ਚੱਲਦਾ ਆਏ ਹਾਏ ਤੋਂ ਬੰਦ ਕੀਤੀ ਜਾ ਰਹੀ ਆ। ਜਾਬਰ ਕੰਬੋਲ ਜੀ ਪਾਕਿਸਤਾਨ ਆਰਮੀ ਦਾ ਔਰ ਫਸਟ ਹਾਫ ਦੇ ਵਿੱਚ ਨੰਬਰ ਪਾਕਿਸਤਾਨ ਪੂਰੀ ਟੀਮ ਤੋਂ ਕਬੱਡੀ ਪਾਉਣ ਵਾਸਤੇ ਲਓ ਫਿਰਦੇ ਘੋੜੀਆਂ, ਇਹ ਨਹੀਂ ਖਰੀਚਦਾ ਪੱਪਾ ਭਾਵੇਂ ਸਾਰੇ ਇਹਨੂੰ, ਇਹ ਨਹੀਂ ਡਕੀਚਦਾ ਪੱਪਾ ਭਾਰਤ ਦਾ ਸਦਾ ਜਾਂਦਾ ਏ। ਪੁੱਤ ਹੈ ਕੰਬੋਲਵਾਂ ਦਾ ਤੇ ਨੱਚ ਆਉਂਦਾ ਏ, ਪੁੱਤ ਹੈ ਕੰਬੋਲਵਾਂ ਦਾ ਤੇ ਨੱਚ ਨੱਚ ਆਉਂਦਾ। ਚੱਲ ਵੀ ਮਰੂ ਫੇਮਸ ਜੱਟ ਮੁੰਡਾ ਪਿੰਡ, ਚੱਲ ਵੀ ਜੱਟਾ ਪਾ ਕਬੱਡੀ, ਫੜਕ ਦੇ ਡੌਲਿਆਂ ਚ ਪੈਂਦੀਆਂ ਨੇ ਛੱਡੀਆਂ, ਜੱਟ
ਦੀਆਂ ਰੇਡਾਂ ਲੋਕੋ ਜਾਂਦੀਆਂ ਨਹੀਂ ਝੱਲੀਆਂ, ਸੋਹਣੀ ਪਾਉਂਦਾ ਪਿੰਡ ਵਿੱਚ ਰੇਡ ਮਿੱਤਰਾ ਨਾ ਡਬਲ ਟੱਚ। ਡਬਲ ਟੱਚ ਰੈਫਰੀ ਸਾਹਿਬ ਦਾ ਇਸ਼ਾਰਾ ਕਿ ਨੰਬਰ ਰੇਡਰ ਦਾ ਨੰਬਰ ਮਰੂਖ ਕਰਦਾ। ਕਬੱਡੀ ਪਾਏਗਾ ਮੁੰਡਾ ਸ਼ਹਿਰ ਦਾ ਹਫਤਾ, ਮੁੰਡਾ ਸ਼ਹਿਰ ਦਾ ਹਫਤਾ ਇਸ ਟਾਈਮ ਕਬੱਡੀ ਪਾਉਣ ਵਾਸਤੇ ਬਿਲਕੁਲ ਤਿਆਰ ਦਾ ਤਿਆਰ ਨਾ ਹੈ। ਖਾਤ ਪੱਟੀ ਚੱਲ ਵੀ ਲੋੜੀਆ ਪਾ ਹੈ ਕਬੱਡੀ, ਪਾਕਿਸਤਾਨ ਵਾਪਦਾ ਦਾ ਤੇਜ਼ ਰਫਤਾਰ ਕਬੱਡਰ ਕਬੱਡੀ ਕਬੱਡੀ ਆਪਦਾ ਹੋਇਆ ਅਦਰ ਮਤਲੂਬ ਅਹਿਮਦ ਸਦੀਨ ਸਜਾਦ ਗੁੱਜਰ ਹਰੇ ਟੱਕਰ ਰੈਫਰੀ ਸਾਹਿਬ ਦਾ ਇਸ਼ਾਰਾ ਡਬਲ ਟੱਚ ਨੰਬਰ ਕਬੱਡਰ ਦਾ ਨੰਬਰ ਕਬੱਡਰ ਦੇ ਖਾਤੇ ਨੰਬਰ ਕਬੱਡਰ ਦੇ ਖਾਤੇ। ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਜ਼ਮਾਨ ਮਾਨਾ ਪਿੰਡ ਹੈ ਮੁੰਡਾ 353 ਜੀਮ ਪਿੰਡ ਕਾਦਰਾਬਾਦ ਸੋਹਣਿਆ ਪਾ ਕਬੱਡੀ ਨੌਜਵਾਨ ਨੇ ਨੈਸ਼ਨਲ ਆਰਮੀ ਕਬੱਡੀ ਚੈਂਪੀਅਨਸ਼ਿਪ 31 ਕਰੋੜ ਤਗੜਾ ਪਰਫਾਰਮ ਕੀਤਾ ਸੀ। ਚੱਲ ਵੀ ਜੱਟਾ ਪਾ ਹਾਂ ਕਬੱਡੀ ਉਧਰ ਇਮਰਾਨ ਬਾਲਾ ਉਹ ਲੱਗਾ ਮੁੰਡਾ 2 ਨੰਬਰ ਤੋਂ ਖੱਬੇ ਕਲਾਸ ਤੋਂ ਨੰਬਰ ਪਾਵੇ ਦਾ ਰਾਣੇ ਮਾਝੇ ਸਰਦਾਰੀ ਦਾ ਬੱਬਰ ਸ਼ੇਰ ਚੌਧਰੀ ਮੁਹੰਮਦ ਹੁਸੈਨ ਗੁੱਜਰ ਦੀਆਂ ਮਿਹਨਤਾਂ ਸ਼ਹਾਬਾਦ ਅਲੀ ਬੰਦੇਸ਼ੇ ਦਾ ਸ਼ੇਰ ਇਸ ਟਾਈਮ ਨੰਬਰ ਦਾ ਕਰ ਗਿਆ ਵਾਧਾ। ਅਗਲੀ ਕਬੱਡੀ ਪਾਏਗਾ ਮੁਹੰਮਦ ਸ਼ਫੀਕ ਚਿਸ਼ਤੀ ਚੱਲ ਵੀ ਚਿਸ਼ਤੀ ਆ ਪਾ ਕਬੱਡੀ ਕਿੱਚਣ ਚੱਲਿਆ ਜਿੱਤ ਦੀ ਲੀਗ ਚਿਸ਼ਤੀ ਨਹੀਂ ਮਾਰਦਾ ਤੀਕ ਦਾ ਬਾਤ ਕੀ ਉਧਰ ਜਾਪੀ ਲੱਗਾ ਨਾਲ ਛੱਡ ਲੈ ਕੇ ਦਿਲ ਵਿੱਚ ਬੱਟਲ ਦਲੀਲ ਖੜਾ ਜਿਹੜਾ ਸੋਚ ਕੇ ਡਰਾਏ ਟੱਪੀ ਵਾਲਾ ਸਿੱਖ ਨੌਜਵਾਨ ਨੇ ਇੱਕ ਨੰਬਰ ਦਾ ਮਜ਼ੀਦ ਵਾਧਾ ਕੀਤਾ। ਪੰਜ ਮਦਨ ਜਿੰਨੇ ਦਰਾਂ ਮੁੰਡੇ ਦਾ ਵਾਸਤਾ ਇੱਕ ਨੰਬਰ ਦਾ ਹੋਰ ਕਰ ਗਿਆ ਇਜ਼ਾਫਾ। ਕਬੱਡੀ ਪਾਏਗਾ ਹਰੂਨ ਮਸੀਹ ਕੀਤਾ ਮਾਈ ਮਰੀਅਮ ਨੂੰ ਯਾਦ ਨੌਜਵਾਨ ਤੁਰ ਪਿਆ ਪੱਗਾਂ ਦੇ ਛੋਲਾਂ ਲੈ ਮੰਨਿਆ ਬੰਦੇ ਕਾਲੇ ਵੀ ਹੁੰਦੇ ਆ ਪਰ ਚੱਪੀ ਨੌਜਵਾਨ ਉੱਧਰ ਸ਼ਕੀਰ ਚੱਟ ਨੇ ਇੱਕ ਨੰਬਰ ਦਾ ਕੀਤਾ ਵਾਧਾ। ਇੱਧਰ ਹੋਈ ਕਬੱਡੀ ਉਹ ਲਗਾ ਟੀਮ ਪਾਵਾ ਇੱਕ ਵਾਰੀ ਫੇਰ 322 ਸ਼ਨਾਦਾ ਏ ਬੱਲੇ 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 ਸ਼ੀਸ਼ ਨਾ ਲੱਗਦਾ ਕਹਿੰਦੇ ਮਾਣ ਮਤੀਏ ਰੂਪ ਗੁਮਾਨ ਭਰੀਏ ਅਣਖੀਲੀਏ ਸਹਿਣ ਸ਼ਕੀਏ ਦੀ ਆਸ਼ਿਕ ਪਹੁਰ ਫਕੀਰ ਨਾ ਕਾਲੇ ਬਾਜ ਮੰਤਰਮ ਮੁੰਨਾ ਕੀਲੀਏ ਦੀ ਕਬੱਡੀ ਪਾਉਣ ਵਾਸਤੇ ਜਾਬਰ ਤੰਬੂ ਫਿਰ ਤੰਬੂਆਂ ਦੇ ਪੁੱਤ ਨੇ ਪਾਈ ਹੈ ਕਬੱਡੀ ਉਧਰ ਸਜਾਦ ਕੁੱਕਰ ਉਧਰ ਮਾਨੀ ਮੈਂ ਬਿੰਦਾ ਮੱਲੀ ਉਧਰ ਕੰਮ ਕਰ ਤੋ ਕਰ ਦੋ ਸ਼ਮਸੁੱਦੀਨ ਜੱਟ ਇਧਰ ਤੰਬੂ ਉਧਰ ਜੱਟ ਭੇੜ ਸਾਨਾ ਦਾ ਕੱਟੀ ਤੇਜ਼ ਹੈ ਹੱਥ ਆ ਦੂਜਾ ਚੱਲਣ ਦਿਆ ਤਕਰੀਬਨ 3-3 ਕਬੱਡੀਆਂ ਬਣੀਆਂ ਜ਼ਿੰਦਾਬਾਦ ਜੀ ਅੱਜ ਆਪ ਵੀ ਮਰੂਖ ਸਮਾਂ ਚੱਟ ਸੋਹਣਿਆ ਪਾ ਕਬੱਡੀਆਂ ਮੈਨਾਂ ਪਿਆ ਮੇਰਾ ਵੀਰਾ ਮੁਹੰਮਦ ਅਰਸ਼ਦ ਅੰਮਰੇ ਵਾਲਾ ਤੋਂ ਪਾਕਿਸਤਾਨ ਵਾਰ ਦਾ ਚੌਧਰੀ ਭਾਈ ਮੁਹੰਮਦ ਜਾਸਿਰ ਪੱਟੀ ਸਾਹਿਬ ਸਦਕੇ ਨਜ਼ਾਰੇ ਲੈ ਦੇ ਅੱਜ ਕੇ ਪੌਦੇ ਮੇ ਭੰਗੜੇ ਹਾਏ ਉੱਠਦੀ ਆ ਪੰਜਾਬੀ ਆਉਂਦੀ ਹਾਏ ਨੰਬਰ ਮੁੱਚਾ ਦਾ ਜਵੇਦ ਜੱਜਵਾ ਇੱਕ ਨੰਬਰ ਦਾ ਵਾਅਦਾ ਕਰਦਾ ਪਿਆ ਕਬੱਡੀ ਪਾਉਣ ਵਾਸਤੇ ਨੌਜਵਾਨ ਮਲਕ ਬਿਨਿਕਾ ਮੀਨ ਚੱਲ ਪਈ ਸੋਹਣਿਆ ਪਾ ਹੱਕ ਕਬੱਡੀ ਤੀਨੂੰ ਰੱਬ ਦੀਆਂ ਰੱਖਾਂ ਚੇਰਾ ਕਬੱਡੀ ਫਿਰ ਤੱਕ ਕਬੱਡੀ ਨਾਲੇ ਕੋਟੀ ਕੋਟੀ ਬੋਲਦਾ ਆਉਂਦਾ ਹੈਪੀ ਅੱਖੀਆਂ 'ਚ ਸਾਰਿਆਂ ਨੂੰ ਤੁਰਦਾ ਨੌਜਵਾਨ ਮਲਕ ਬਿਨਿਆ ਮੀਨ ਬੱਲੇ ਇਹ ਸਦਕੇ ਜਾਵਾਂ ਨੌਜਵਾਨ ਮਤਲੂਬ ਅਹਿਮਦ ਉਹਦੇ ਕਹਿ ਨਾਲ ਪਰ ਬਿਨਿਆ ਮੀਨ ਗੰਨੋ ਮੇਰੇ ਬਿਲਕੁਲ ਚੱਲ ਰਿਹਾ ਆਪਣੇ ਕਦਰ ਨੰਬਰ ਮਤਲੂਬ ਨੰਬਰ ਬਿਨਿਆ ਮੀਨ ਦਾ ਕਬੱਡੀ ਪਾਏਗਾ ਮਾਨਾ ਜੱਟ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਇੱਕ ਛੋਟਾ ਮਾਨਾ ਕਬੱਡੀ ਦੇ ਉੱਪਰ ਕਾਦਰਾਬਾਦ ਪਿੰਡ ਮੁੰਡੇ ਦਾ ਅੱਗੇ ਚੌਹਾਂ ਦੀ ਚੇਨ ਇੱਥੇ ਲੱਗਣਾ ਹੈ ਪਤਾ ਕਿਉਂ ਉਹਦਾ ਟੱਚ ਮੁਹੰਮਦ ਇਮਰਾਨ ਵਾਧੇ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਨੰਬਰ ਪਾਕਿਸਤਾਨ ਆਰਮੀ ਦਾ ਨੰਬਰ ਪਾਕਿਸਤਾਨ ਆਰਮੀ ਦਾ ਅਗਲੀ ਕਬੱਡੀ ਪਾਉਣ ਵਾਸਤੇ ਖਾਲਦ ਮਹਿਮੂਦ ਪੱਟੀ ਉੱਧਰ ਸਜਾਦ ਗੁੱਜਰ ਸ਼ਕੀਲ ਅਹਿਮਦ ਜੱਟ ਮਤਲੂਬ ਅਹਿਮਦ ਨੌਜਵਾਨ ਮਾਕੀ ਮੱਲੀ ਬਿਲਕੁਲ ਤਿਆਰ ਪਰ ਤਿਆਰ ਨੇ ਕਿ ਮੁੰਡਾ ਟੱਚ ਮਾਰਨ ਵਾਸਤੇ ਤਿਆਰ ਉਹ ਲੱਗਾ ਮਤਲੂਬਾ ਨਾਲ ਇੱਕ ਵਾਰੀ ਫੜਾ ਕਰਨਾ ਕਿਆ ਕਰਦੇ ਲਾਹੌਰ ਸੇ ਆਮ ਯਾਰ ਨੰਬਰ ਕਬੱਡਰ ਦਾ ਨੰਬਰ ਕਬੱਡਰ ਦਾ ਕਬੱਡੀ ਪਾਏਗਾ ਮੁਹੰਮਦ ਉਸਮਾਨ ਟੋਕਰ
ਵੱਲ ਡੋਬਰਦਾ ਨੂਰੇ ਕਿਸ਼ਮ ਇੱਕ ਵਾਰੀ ਫਿਰ ਕਬੱਡੀ 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 ਕਰਦਾ ਹੋਇਆ ਨੌਜਵਾਨ ਇਹਨੇ ਪੱਟ ਖਿੱਚਿਆ ਹਾਏ ਖੁਦ ਕੱਟਦੀ ਹਾਲ ਮੌਲਵੀ ਯਾਰ ਪਠਾਨ ਨੇ ਸਦਕੇ ਜਾਵਾ ਮੌਲਵੀ ਸਦਕੇ ਹਾਏ ਸਦਕੇ ਕੋਈ ਮੰਦਰ ਪੜੋ ਹੱਡਾ ਡਾ ਜੀ ਮੈਂ ਪਾਣੀ ਭਰਾਂਗੀ ਤੁਹਾਡਾ ਜੀ ਹਾਏ ਤਾਂ ਬਹਿ ਕੇ ਜੇ ਛੱਤਰੀ ਤੋਂ ਸਦਕੇ ਜਾਵਾ ਨੰਬਰ ਇੱਕ ਇੱਕ ਜਾਪੀ ਦਾ ਨੰਬਰ ਜਾਸਿਰ ਭੱਟੀ ਸਾਹਿਬ ਸ਼ਬਾਦ ਬੰਦੇਸ਼ਾ ਸਾਹਿਬ ਮੇਰਾ ਵੀਰਾ ਮੁਹੰਮਦ ਅਰਸ਼ਦ ਅੰਬਰੇ ਵਾਲਾ ਨੌਜਵਾਨ ਸਵਾਦ ਲੈਣ ਜਿਹੜੇ ਖੇਡਦਾ ਕਿ ਪਾਕਿਸਤਾਨ ਵਾਲਾ ਇੱਕ ਲੀਡ ਲੈ ਕੇ ਲੱਗੀ ਹੋਈ ਆ ਉੱਧਰ ਕਬੱਡੀ ਪੈਂਦੀ ਪਈ ਨੌਜਵਾਨ ਦੀ ਅਕਮਲ ਸ਼ਹਿਦਾ ਡੋਗਰ ਜਾਪੀ ਪੈਰੋਂ ਛੋਲਾ ਦੇ ਨਾਲ ਲਚਕਦਾਰ ਡੋਗਰ ਰੇਡ ਮਾਰਨ ਦਾ ਪੂਰਾ ਫਨਕਾਰ ਡੋਗਰ ਚਾਰ ਗੁੱਜੇ ਨੇ ਵੱਧ ਕੇ ਕੀਤੀ ਤੇ ਦੇਰੀ ਰਾਮ ਮੱਲੀ ਆ ਵੱਡੀ ਕੰਧ ਨੇ ਪੱਤੇ ਬੰਨੇ ਪਾਵਰ ਗੁੱਜਰ ਉੱਧਰ ਨੌਜਵਾਨ ਅਕਮਲ ਸ਼ਹਿਦਾ ਡੋਗਰ ਪਾਵਰ ਗੁੱਜਰ ਅਕਮਲ ਡੋਗਰ ਕੋਸ਼ਿਸ਼ ਕੀਤੀ ਸੀ ਸਾਹਮਣੇ ਕਬੱਡੀ ਪਾਏਗਾ ਨੌਜਵਾਨ ਮਲਕ ਅਮਾਨੁੱਲਾ ਦਾ ਛੋਟਾ ਵੀਰ ਮਲਕ ਬਿੜੀਆ ਵੀਰ ਬੁੱਢਾ ਚੱਕ ਸ਼ਾਹਪੁਰ ਦੇ ਲਾਗੇ ਪਿੰਡ ਦੇ ਅੱਜ ਦੇ ਚਾਰ ਜਾਪੀ ਨੇ ਅਲੀ ਬੱਟ ਸ਼ਕੀਲ ਜੱਟ ਔਰ ਸ਼ਕੀਲ ਜੱਟ ਦੇ ਨਾਲ ਟੱਕਰ ਹੈ ਔਰ ਸਾਹਮਣੇ ਵੇਖਿਆ ਜਾਵੇਗਾ ਕਿ ਕੀ ਬਣੇਗਾ ਪਿਛਲਾ ਜੱਪਾ ਸ਼ਫੀਕ ਚਿਸ਼ਤੀ ਨੂੰ ਕੀਤਾ ਨੌਜਵਾਨ ਨੇ ਪਰ ਪੁਆਇੰਟ ਮਲਕ ਬਿੜੀਆ ਵੀਰ ਦੇ ਹਿੱਸੇ ਚੱਲ ਪਏ ਕਹਿੰਦੇ 300 ਛੋਟੀ ਚਵੀ ਦੇ ਵਿੱਚ ਨਾਲ ਕੇ ਹਰਮੂਨ ਮਸੀਹ ਕਿਆ ਬਾਤ ਹੈ ਇੱਥੇ ਪੱਕੇ ਲੱਗਦੇ ਮਗਰ ਵੀ ਇੰਝ ਹੀ ਲੋਕ ਚੜੇ ਨੇ ਜਿਵੇਂ ਹੋਰ ਕੀ ਹੈ ਜਿੰਦਾਬਾਦ ਜੀ ਇਸ ਵੇਲੇ ਹਰਮੂਨ ਮਸੀਹ ਪਾਕਿਸਤਾਨ ਆਰਮੀ ਦੀ ਟੀਮ ਦੇ ਵਾਸਤੇ ਇੱਕ ਨੰਬਰ ਦਾ ਵਾਧਾ ਕਰ ਚੁੱਕੇ ਹੈ ਚੰਦ ਬਾਈ ਨੌਜਵਾਨ ਨੇ ਸ਼ਹਿਜ਼ਾਦ ਅਕਮਲ ਡੋਗਰ ਅਸੀਂ ਕਦੀ ਨਹੀਂ ਕਿਸੇ ਤੋਂ ਕਰਦੇ ਬੜੇ ਚੱਜ ਨੇ ਸਾਨੂੰ ਕੁਰਬਾਨੀਆਂ ਦੇ ਪਿੰਡ ਵਿੱਚ ਉਤਰਦੇ ਸਾਡੇ ਡੰਡਾਂ 'ਚ ਸੋਚ ਅਲੀ ਬੱਟ ਜੀ ਖੁਸ਼ਾਮਦੀ ਜਨਾਬ ਜਨ ਸਕਤੀ ਪਾਕਿਸਤਾਨ ਵੈਕਸ਼ਨ ਕਬੱਡੀ ਫੈਡਰੇਸ਼ਨ ਮੁਹੰਮਦ ਸਰਵਰ ਰਾਣਾ ਸਾਹਿਬ ਆਈ ਟੀ ਤਕਰੀਬ ਦੇ ਮਹਿਮਾਨ ਜਨਾਬ ਖੁਸ਼ਾਮਦੀ ਜਨਾਬ ਤਾਇਮ ਭਾਈ ਚਾਰ ਸਾਹਿਬ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੋ ਹਾਂਜੀ ਮੁਹੰਮਦ ਰਮਜ਼ਾਨ ਘੁੰਮਣ ਸਾਹਿਬ ਉਹ ਵੀ ਤੁਸੀਂ ਗਾਏ ਨੇ ਜੀ ਆਇਆਂ ਨੂੰ ਜਨਾਬ ਜਿਨ੍ਹਾਂ ਦੇ ਦੋਵਾਂ ਕਬੱਡੀ ਘੁੰਮ ਰਹੀ ਹੈ ਹਾਂਜੀ ਜ਼ਮਾਨ ਮਾਨਾ ਇਮਰਾਨ ਵਾਲਾ ਲੈ ਗਿਆ ਪੁਆਇੰਟ ਜੀ ਜ਼ਮਾਨ ਮਾਨਾ ਜੱਟ ਕਾਦਰਾਬਾਦ ਦੀ ਧਰਤੀ ਲਾਲਾ ਜਾਬਰ ਕੰਬੋ ਇਸ ਮੈਦਾਨੇ ਜਾਤੇ ਤੋਂ ਰੁਕਦਾ ਜਾਬਰ ਨਹੀਂ ਜੇ ਕਿਸੇ ਤੋਂ ਰੁਕ ਲਾਲਾ ਜਾਬਰ ਕੰਬੋ ਅੱਜ ਨੂੰ ਕਹਿੰਦੇ ਉਹਦੀ ਰਿਆਜ਼ ਦਾ ਪੁੱਤ ਹੈ ਜਾਬਰ ਕੰਬੋ ਰੋਕਣ ਵਾਲੇ ਕਹਿੰਦੇ ਕੱਟ ਆਜ਼ਾਬਾਦ ਉਸਤਾਦ ਗੁਫਾਰ ਦਾ ਸ਼ਾਗਿਰਦ ਜਵਾਨੀ ਯਾਦ ਆਉਂਦੀ ਹੋਣੀ ਪਰ ਲੰਘੇ ਮੇਰੇ ਨੂੰ ਘੋੜੇ ਨਹੀਂ ਲਾਉਂਦੇ ਉਸਮਾਨ ਡੋਗਰ ਆਏਗਾ ਕਬੱਡੀ ਦੇਖਾਂਗੇ ਸਾਹਮਣੇ ਕੌਣ ਸ਼ਬਾਸ ਈਲਮ ਦੇ ਨਾਲ ਟੱਕਰ ਹੋਈ ਹੈ ਔਰ ਹਸਨ ਨਸੀਰ ਵਾਲੇ ਨੇ ਬਾਹਰ ਤੱਕਿਆ ਪੁਆਇੰਟ ਪਾਕਿਸਤਾਨ ਆਰਮੀ ਦੀ ਟੀਮ ਦੇ ਹਿੱਸੇ ਫਿਰ ਪਾਏਗਾ ਕਬੱਡੀ ਮਲਕ ਬਿੜੀਆ ਵੀਰ ਇਸ ਕਬੱਡੀ ਦੇ ਅਗਲੇ ਮਾਰਗ ਤੇ ਜਿੱਥੋਂ ਜਿੱਥੋਂ
ਦੁਨੀਆ ਆਈ ਹੈ ਕਬੱਡੀ ਨਾਲ ਪਿਆਰ ਕਰਦੇ, ਇੱਕ ਵਾਰੀ ਤਾੜੀ ਮਾਰ ਕੇ ਦੱਸੋ ਸਾਨੂੰ ਉਹ ਤਾੜੀਆਂ ਨੇ। ਹਾਂਜੀ ਲਓ ਜੀ, ਸਜਾਦ ਗੁੱਜਰ ਦੇ ਨਾਲ ਅੱਗੇ ਜੀ ਤੂੰ ਤਕਰਾਰ ਹੋਈ ਹੈ, ਮੀਡੀਆ ਮੀਨ ਮਲਕ ਪਾਕਿਸਤਾਨ ਬਾਰਡਰ ਦੀ ਟੀਮ ਦੇ ਹਿੱਸੇ, ਪਾਕਿਸਤਾਨ ਬਿਜਲੀ ਦਾ ਮਹਿਕਮਾ, ਤਲੀਆਂ ਦੇ ਸਮਾਨ ਤਰਨ ਨੂੰ ਇਹਦਾ ਜੀ ਨਹੀਂ ਕਰਦਾ, ਉਹ ਮੇਲਾ ਖੁਸ਼ੀਆਂ ਨਾਲ ਭਰਨ ਨੂੰ ਇਹਦਾ ਜੀ ਨਹੀਂ ਕਰਦਾ। ਅੱਜ ਅੱਗੇ ਵਧੇਗਾ ਮਾਰੂ ਮੁੰਡਾ ਪਿੰਡ ਵਾਲਾ, ਟੀਮ ਦੇ ਵਾਸਤੇ ਬੜੇ ਸੋਹਣੇ ਪੁਆਇੰਟ ਜੋੜੇ ਨੇ, ਪਰ ਕਾਸ਼ੀ ਗੜੇਵਾਲੇ ਦਾ ਛੋਟਾ ਵੀਰਾ ਕੌਣ ਵੀ ਆਰਫ ਜਿਹਨੇ ਰੋਕਣ ਦੀ ਕੋਸ਼ਿਸ਼ ਕੀਤੀ, ਸਾਹਮਣੇ ਪਾਏਗਾ ਫਿਰ ਸ਼ਹਿਜ਼ਾਦ ਅਕਮਲ ਡੋਗਰ। ਚੱਲ ਬਈ ਸੋਹਣਿਆ, ਹਾਂਜੀ ਲਓ ਜੀ ਸ਼ਹਿਜ਼ਾਦ ਅਕਮਲ ਡੋਗਰ ਨਿਕਲ ਅਲੀ ਫੱਟ ਨੇ ਕੋਸ਼ਿਸ਼ ਕੀਤੀ ਪੁਆਇੰਟ, ਸ਼ਹਿਜ਼ਾਦ ਅਕਮਲ ਡੋਗਰ ਆਪਣੀ ਟੀਮ ਦੇ ਹਿੱਸੇ, ਹਰਮੂਨ ਮਸੀਹ ਆਏ ਹਾਏ ਕਿਆ ਬਾਤ ਹੈ ਸੋਹਣਿਆ, ਆਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਦਿਲਦਾਰ ਤੇ ਗੋਰੇ ਨੂੰ ਪਰਾ ਕਰੋ, ਮੁੰਡ ਇਕਰੀ ਕਰੀਰ ਮੁੰਡ ਆਲਾ ਮੁੰਡਾ ਹੋਵੇ ਰੰਗ ਹੋਵੇ ਕਾਲਾ। ਲਓ ਜੀ ਮੌਸਮ ਨਸੀਰ ਵਾਲਾ, ਮੌਸਮ ਨਸੀਰ ਵਾਲਾ ਤੇ ਹਰਮੂਨ ਮਸੀਹ ਆਏ ਹਾਏ, ਪੰਚਕੀਆ ਕਮਾਲਪੁਰੀਆ ਮੁੰਡਾ ਬਈ ਟੱਕਣ ਦੀ ਕੋਸ਼ਿਸ਼, ਪਰ ਹਰਮੂਨ ਮਸੀਹ ਆਉਂਦਾ ਹੈ। ਪਾਕ ਆਰਮੀ ਪਾਕ ਫੌਜ ਦੇ ਜੁੱਸਿਆਂ ਵਿੱਚ ਵੇਖੋ ਪਾਕ ਨੇ ਕਿੰਨਾ ਕੁ ਨੂਰ ਪਾਇਆ, ਆਪਣੇ ਦੇਸ਼ ਦੇ ਲਈ ਸ਼ਹੀਦ ਹੁੰਦੇ ਅਮਾਨੀ ਜਜ਼ਬਾ ਮੇਰੇ ਹਜ਼ੂਰ ਪਾਇਆ, ਜਿਹੜਾ ਤਿੰਨ ਪਲੇਅਰ ਨੂੰ ਚਾਹੀਦਾ ਉਹ ਤਿੰਨ ਖੁਦਾ ਜ਼ਰੂਰ ਪਾਇਆ, ਇੰਜ ਪਾਉਂਦੇ ਮੁਖਾਲਮ ਨੂੰ ਹੱਥ ਸਾਗੀ ਜਿਵੇਂ ਕਿਸੇ ਦੀਵਾਰ ਜ਼ਮੂਰ ਪਾਇਆ। ਲੌਂਗੀ ਵਾਪਸ ਆਉਂਦਾ ਹੋਇਆ ਮੀਡੀਆ ਮੀਨ ਮਲਕ ਪਾਕਿਸਤਾਨ ਬਾਰਡਰ ਦੀ ਟੀਮ ਦੇ ਹਿੱਸੇ, ਇੱਕ ਨੰਬਰ ਦਾ ਵਾਧਾ ਕਮਿਸ਼ਨਰ ਫੈਸਲਾਬਾਦ, 41 ਦੀ ਕੌਮੀ ਕਬੱਡੀ ਚੈਂਪੀਅਨਸ਼ਿਪ ਇਸ ਮੈਦਾਨ ਦੇ ਅੱਜ ਇਕਬਾਲ ਸਟੇਡੀਅਮ ਫੈਸਲਾਬਾਦ ਦੀ ਇਸ ਖੂਬਸੂਰਤ ਧਰਤੀ ਦੇ ਸਜਿਆ ਹੋਇਆ ਮੇਲਾ। ਲਓ ਜੀ ਹਲਕਾ ਜਿਹਾ ਟੱਚ ਕਰਕੇ ਡੋਗਰ ਲੈ ਗਿਆ ਫੋਟ ਜੀ। ਚਲੋ ਜੀ ਅਗਲੇ ਬਾਰੇ ਤੇ ਫਿਰ ਸ਼ਹਿਜ਼ਾਦ ਅਕਮਲ ਡੋਗਰ ਜਵਾਦ ਅਲੀ ਬਦੇਸ਼ਾ ਜੋ ਰੈਫਰੀ ਦੇ ਆਪਣਾ ਅੱਜ ਦੀ ਕੋਚਿੰਗ ਦੇ ਪ੍ਰਾਈਜ਼ ਔਰ ਚੌਧਰੀ ਮੁਹੰਮਦ ਹੁਸੈਨ ਨਾਲ ਨਾਲ ਯਾਸਿਰ ਭੱਟੀ ਜੀ, ਉਧਰਲੇ ਪਾਸੇ ਅਮਰ ਸ਼ਕੀਲ ਬਦੇਸ਼ਾ ਸਾਥ ਦੇ ਰਹੇ ਨੇ ਇਸ਼ਫਾਕ ਭੱਠਾ ਜੀ। ਹਾਂਜੀ ਦੇਖਣਾ ਪੈਣਾ ਸ਼ਹਿਜ਼ਾਦ ਅਕਮਲ ਡੋਗਰ, ਹਾਂ ਬਾਈ ਇੱਧਰ ਦੇਖ ਇੱਧਰ ਵੇਖਣਾ ਬਾਈ ਸ਼ਹਿਜ਼ਾਦ ਅਕਮਲ ਡੋਗਰ ਤੇ ਸ਼ਹਿਜ਼ਾਦ ਗੁੱਜਰ ਇੱਕ ਪੁਆਇੰਟ ਗਿਰਿਆ ਜੀ, ਡਬਲ ਟੱਚ ਦਾ ਇਸ਼ਾਰਾ ਕਿ ਪੁਆਇੰਟ ਕਮਾਂਡਰ ਦੇ ਹਿੱਸੇ, ਵੈਲ ਡਨ ਜੀ ਬਾਦਸ਼ਾਹ ਗੁਰ ਸਾਹਿਬ ਬੜੀ ਮਿਹਰਬਾਨੀ ਜੋ ਉੱਤੇ ਚੜ੍ਹ ਕੇ ਰੈਫਰੀ ਦੇ ਨਾਲ ਭਰਪੂਰ ਧਾਵਣ ਕਰ ਰਹੇ ਜੇ। ਲਓ ਜੀ ਕਬੱਡੀ ਫਿਰ ਪਵੇਗੀ ਨੌਜਵਾਨ ਦੀ, ਇਹਦੇ ਲੀਡਰ ਦਾ ਨਾਮ ਸਮਾਨ ਭਾਨਾ ਜੱਟ। ਚੱਲ ਬਈ ਗੱਭਰੂਆ ਪਾ ਕਬੱਡੀ, ਦੌਲਤ ਗਈ ਤੇ ਕੁਝ ਨਹੀਂ ਹੁਣ ਅੱਜ ਸਮਝਾ ਲਓਗੇ, ਸਿਹਤ ਗਈ ਤੇ ਦੱਸੋ ਕਿੱਥੋਂ ਨੋਟ ਕਰੋਗੇ, ਹੁਣ ਡੰਡ ਬੈਠਕਾ ਮਾਰ ਤੇਰੀ ਕੀਮਤ ਪੂਰੀ ਹੈ। ਬਾਕੀ ਦੇ ਕੰਮ ਬਾਅਦ, ਪਹਿਲਾਂ ਸਿਹਤ ਜੁੜੀ ਇਮਰਾਨ ਵਾਲਾ ਮਾਨ ਮਹਾਨਾ, ਪਿਛਲੇ ਪਹਿਲੇ ਹਾਫ ਦੇ ਵਿੱਚ ਇੱਕ ਨੌਜਵਾਨ ਨੇ ਇਹਨੂੰ ਡੱਕਿਆ ਸੀ ਪਰ ਕੋਸ਼ਿਸ਼ ਫਿਰ ਚੱਲ ਰਹੀ ਹੈ, ਸਮਾਨ ਮਹਾਨਾ ਸਿਆਣਾ ਖਿਡਾਰੀ ਹੈ ਇੱਕ ਨੰਬਰ ਦਾ ਕਰ ਚੁੱਕਿਆ ਵਾਧਾ। ਚੱਲ ਬਈ ਆਰਫ ਸਿਆਣ 56 ਜੀ ਡੀ ਮੁਕਤਾ ਜ਼ਿਲ੍ਹਾ ਸਾਹਿਬਾਨ ਅਹਮਦ ਸਰਵਰ ਰਾਣਾ ਸਾਹਿਬ ਪੂਰੇ ਜਨਾਬ ਮੁਕਤੇ, ਲੇਕਿਨ ਜਿੰਨੀਆਂ ਜ਼ਿੰਮੇਦਾਰੀਆਂ ਇਹਨਾਂ ਦੇ ਮੋਢਿਆਂ ਤੇ ਇਹਨਾਂ ਦੇ ਕੰਧਿਆਂ ਦੇ ਤੇ ਬਾਹਰ ਦੀਆਂ ਟੀਮਾਂ ਨੂੰ ਬੁਲਾ ਕੇ ਅੱਜ ਪਾਕਿਸਤਾਨ ਦੇ ਵਿੱਚ ਦੱਸਿਆ ਕਿ ਖੇਡਾਂ ਵਾਸਤੇ ਹਮੇਸ਼ਾ ਹੀ ਪਾਕਿਸਤਾਨ ਵਾਧੂ ਹੈ, ਅਸੀਂ ਤਾਂ ਹੀ ਸ਼ੁਕਰੀਆ ਅਦਾ ਕਰਦੇ ਹਾਂ। ਹਾਂਜੀ ਕਬੱਡੀ ਪਾਏਗਾ, ਹਾਂਜੀ ਵਕਾਸ ਗੁੱਜਰ, ਲਓ ਜੀ ਐਸਰੇ ਕਬੱਡੀ ਪਾਏਗਾ ਮੁਹੰਮਦ ਵਕਾਸ ਗੁੱਜਰ ਜੀ ਅਫਸਦਾ ਦੇਣਾ, ਦੇਖਾਂਗੇ ਸਾਹਮਣੇ ਕਵਰ ਜਾਪੀ ਜੱਪਾ ਕਰੇਗਾ ਮੋਹਸਨ ਸੀਰ ਬਾਲਾ ਤੇ ਪੁਸ਼ਰ ਰੁਕ ਜਵੇ ਜਜਵਾ।
ਲੱਖਾਂ ਦੀ ਵਾਲਾ ਲੱਗ ਗਿਆ, ਲੱਖ ਦੋ ਨੇ ਬਾਵਾ ਔਖੀਆਂ ਹੋਈਆਂ ਰਾਵਾਂ, ਇਹਦੇ ਜੱਟਾਂ ਦੇ ਪੁੱਤਰ ਨੇ ਖਾਣ ਦੀ ਬੋਰੀ ਫੜੀ, ਇੰਜ ਦਾ ਫੜਿਆ, ਕਿਆ ਬਾਤ ਹੈ। ਆਰ ਬਾਈ ਜੱਟ ਸਾਹਿਬ ਵੇਖਣਾ ਪੈਣਾ, ਬਖਸ਼ੀ ਚੌਧਰੀ ਸਾਹਿਬ, ਰਮਜ਼ਾਨ ਘੁੰਮਣ ਸਾਹਿਬ, ਤੁਹਾਡਾ ਆਪਸ ਦੇ ਵਿੱਚ ਮੁਹੱਬਤ ਇਹ ਕਬੱਡੀ ਵਾਸਤੇ ਸੂਦ ਬਣਦੇ, ਫਾਇਦਾ ਬਣਦੇ, ਕਬੱਡੀ ਪਾਏਗਾ ਫਿਰ। ਨੌਜਵਾਨ ਕੌਰ ਜੀ, ਮਨਕ ਬਿਣੀਆਂ ਵੀ, ਅਗਲੀ ਗੱਲ ਅਬਦੁਲ ਵਹੀ ਜੀ। ਸ਼ੁਕਰੀਆ ਜੀ ਹਾਫਿਜ਼ ਸਾਹਿਬ। ਅਗਲੇ ਕਬੱਡੀ ਦੇ ਉੱਤੇ ਮਲਕ ਬਿਨਿਆਮੀਨ ਖੇਡ ਮੈਦਾਨ ਦੇ ਵਿੱਚ ਧਾਵਾ ਬੋਲਦਾ, ਚਾਰ ਜਾਫੀ ਬੋਲੇ ਪਾਕਿਸਤਾਨ ਆਰਮੀ ਦੇ, ਜਿਹਦੇ ਵਿੱਚ ਇਸ ਵੇਲੇ ਅਲੀ ਭੱਟ, ਸਜਾਦ ਗੁੱਜਰ, ਸ਼ਕੀਲਾ ਜੱਟ ਔਰ ਸ਼ਮਸ ਜੱਟ ਮੁੰਡਾ ਇਸ ਵੇਲੇ ਲਗਾ ਮਲਕ ਬਿਨਿਆਮੀਨ ਦਾ ਗੁੱਟ ਫੜਿਆ ਹੋਇਆ ਔਰ ਮੁਕਾਬਲਾ ਬੜਾ ਡਾਢਾ ਦੋਨਾਂ ਦੇ ਦਰਮਿਆਨ, ਬਿਲਕੁਲ ਹੰਦਿਆਂ ਦੇ ਨੇੜੇ, ਆਖਰੀ ਪਲਾਂ ਵਿੱਚ ਨਹੀਂ ਲੱਗਾ ਪਤਾ ਘਾਟੇ ਵਾਧੇ ਦਾ, ਹੰਦੇ ਹੋ ਗਏ ਦੂਰ ਜਿਵੇਂ ਬਾਰਡਰ ਵਾਗੇ ਦਾ। ਔਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੁਹੰਮਦ ਉਸਮਾਨ ਟੋਗਰ ਪਾਕਿਸਤਾਨ ਆਰਮੀ ਦੇ ਵੱਲੋਂ ਮੁੰਡੇ ਨੇ ਕਬੱਡੀ ਪਾਈ ਹੋਈ ਆ ਖੇਡ ਮੈਦਾਨ ਦੇ ਵਿੱਚ। ਅੱਗੇ ਪਾਕਿਸਤਾਨ ਵਾਰਡਰ ਦਾ ਇਮਰਾਨ ਵਾਲਾ ਹੋਇਆ, ਵੇਖਦੇ ਆ ਮੇਰੇ ਵੀਰੇ ਜੋੜ ਤਕੜਾ, ਲੇਕਿਨ ਉਸਮਾਨ ਟੋਗਰ ਇਸ ਵੇਲੇ ਛੋਲੇ ਛੋਲੇ ਪੱਪ ਧਰਦਾ ਭੱਜਿਆ ਜਾਂਦਾ, ਹੰਦੇ ਪਾਰ ਕਰ ਗਿਆ। ਚੱਲ ਵੀ ਅਗਲੀ ਕਬੱਡੀ ਨੌਜਵਾਨ ਹਲਕਾ ਜਿਹਾ ਝੁੱਕ ਕੇ ਟੱਚ ਮਾਰਿਆ ਮੁੰਡੇ ਨੇ ਇਸ ਵੇਲੇ, ਪਰ ਆਫੀਸ਼ਲ ਦਾ ਇਸ਼ਾਰਾ ਦੇਖਣਾ ਹੋਵੇਗਾ। ਪੁਆਇੰਟ, ਹਾਂਜੀ ਪੁਆਇੰਟ ਜਾਫੀ ਦੇ ਖਾਤੇ ਜੁੜਦਾ ਹੋਇਆ ਇਸ ਵੇਲੇ, ਅੰਕੜਾ ਇਹ ਜਾਫੀ ਦੇ ਖਾਤੇ ਜੁੜਦਾ ਹੋਇਆ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ, ਵਿਕਾਸ ਗੁੱਜਰ ਪਾਕਿਸਤਾਨ ਆਰਮੀ ਦਾ ਇਹ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ। ਚੱਲ ਵੀ ਆਰਫ ਸਿਆਲ ਪਾਸ ਆਉਣਿਆ ਕਬੱਡੀ, ਸਬਰ ਸਿਦਕ ਤੋਂ ਤੂੰ ਡੋਲੀ ਨਾ ਪੁੱਤ ਪੰਜਾਬ ਦਿਆ, ਘਰ ਘਰ ਜਾਵੇ ਮਹਿਕ ਤੇਰੀ ਫੁੱਲ ਗੁਲਾਬ ਦਿਆ, ਮੱਥੇ ਮਿੱਟੀ ਚੁੰਮ ਲਾਉਣਗੇ ਤੇਰੀਆਂ ਰਾਵਾਂ ਦੀ, ਉਹ ਪੁੱਤ ਬਹਾਦਰ ਇੱਜ਼ਤ ਰੱਖ ਜਾਂਦੇ ਧਰਤੀ ਮਾਵਾਂ ਦੀ, ਪੁੱਤ ਬਹਾਦਰ ਇੱਜ਼ਤ ਰੱਖ ਜਾਂਦੇ ਧਰਤੀ ਮਾਵਾਂ ਦੀ। ਅਗਲੀ ਕਬੱਡੀ ਪਾਉਣ ਵਾਸਤੇ ਪਾਕਿਸਤਾਨ ਆਰਮੀ ਦੇ ਵੱਲੋਂ ਜੀ ਵਹਾਬ ਬਾਲਾ, ਪਾਕਿਸਤਾਨ ਆਰਮੀ ਦੇ ਵੱਲੋਂ, ਲੇਕਿਨ ਦੋ ਨੰਬਰ ਤੋਂ ਇਸ ਵੇਲੇ ਨੌਜਵਾਨ ਅਤੀਕ ਪਾਵਾ, ਪਾਕਿਸਤਾਨ ਬਾਰਡਰ ਦਾ ਯੰਗ ਜਾਫੀ, ਬੜਾ ਹੀ ਨੌਜਵਾਨ ਕਲੱਕਣ ਜਾਫੀ ਆ, ਵੇਖਦੇ ਆ, ਆ ਵੇਖ ਲਓ ਮੇਰੇ ਵੀਰੋ, ਜਪਟਣਾ ਪਲਟਣਾ ਪਲਟਣਾ ਜਪਟਣਾ, ਲਹੂ ਗਰਮ ਰੱਖਣੇ ਕਾ ਇੱਕ ਹੈ ਬਹਾਨਾ। ਪੁਆਇੰਟ ਵਹਾਬ ਬਾਲਾ ਜਿਹੜਾ ਆਪਣਾ ਪਾਕਿਸਤਾਨ ਆਰਮੀ ਦੇ ਖਾਤੇ ਜੋੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਵਾਸਤੇ ਮਲਕ ਬਿਨਿਆਮੀਨ ਖੇਡ ਮੈਦਾਨ ਦੇ ਵਿੱਚ ਧਾਵਾ ਬੋਲਦਾ, ਚਾਰ ਜਾਫੀ ਔਰ ਕਨੀ ਤੋਂ ਲੱਗਾ ਹੋਇਆ ਮੁੰਡਾ ਇਸ ਵੇਲੇ, ਸਦਕੇ ਜਾਵਾਂ ਲੰਮੀ ਭਾਜ ਆ ਦੋਨਾਂ ਗੱਭਰੂਆਂ ਦੀ, ਪਰ ਪੁਆਇੰਟ ਮਲਕ ਬਿਨਿਆਮੀਨ ਪਾਕਿਸਤਾਨ ਬਾਰਡਰ ਦੀ ਝੋਲੀ ਵਿੱਚ ਪਾਉਂਦਾ ਹੋਇਆ। ਚੱਲ ਵੀ ਜ਼ਮਾਨ ਮਾਨਾ, ਮਾਨੇ ਜੱਟ ਦੇ ਨਾਂ ਤੋਂ ਜਾਣਿਆ ਜਾਂਦਾ ਮੁੰਡਾ, ਜੂਨੀਅਰ ਮਾਨਾ ਪਾਕਿਸਤਾਨ ਆਰਮੀ ਦੇ ਵੱਲੋਂ ਇਸ ਵੇਲੇ ਕਬੱਡੀ ਪਾਉਂਦਾ ਹੋਇਆ, ਵੇਖਦੇ ਹਾਂ ਕਿ ਕਨੀ ਤੇ ਇਮਰਾਨ ਵਾਲਾ, ਦੂਜੀ ਤੇ ਇਸ ਵੇਲੇ ਮੌਲਵੀ ਔਰ ਪਠਾਨ, ਇਮਰਾਨ ਵਾਲੇ ਨਾਲ ਟੱਕਰ ਹੋਈ ਆ, ਬੜਾ ਹੀ ਖਤਰਨਾਕ ਜਾਫੀ ਆ, ਲੇਕਿਨ ਮਾਨਾ ਜੱਟ ਵੀ ਪੂਰਾ ਚੰਡਿਆ ਹੋਇਆ। ਆਹ ਵੇਖੋ ਮੇਰੇ ਵੀਰਿਓ, ਕਹਿੰਦੇ ਚੰਗੇ ਸਮੇਂ ਦੇ ਇੰਤਜ਼ਾਰ ਵਿੱਚ ਸਮਾਂ ਬੀਤ ਜਾਂਦਾ, ਨਾ ਇਹ ਰੁਕਿਆ ਨਾ ਹੀ ਰੁਕਣਾ, ਸਮਾਂ ਬਦਲ ਤਾਰੀਖ ਜਾਂਦਾ, ਸਮਾਂ ਬਦਲ ਤਾਰੀਖ ਜਾਂਦਾ। ਅਗਲੀ ਕਬੱਡੀ ਪਾਉਣ ਦੇ ਵਾਸਤੇ ਫਲਾਈਗਾਰ ਸਾਹਿਬ ਪਾਕਿਸਤਾਨ,
ਸ਼ਹਿਜ਼ਾਦ ਅਕਮਲ ਡੋਗਰ ਪਾਕਿਸਤਾਨ ਵਾਰਦਾ ਦੇ ਵੱਲੋਂ ਕਬੱਡੀ ਪਾਉਂਦਾ ਹੋਇਆ ਚੱਲ ਵੀ ਸੋਹਣਿਆ ਨੌਜਵਾਨ ਬੜਾ ਖੂਬਸੂਰਤ ਅੰਦਾਜ਼ ਦੇ ਨਾਲ ਇਸ ਵੇਲੇ ਚਾਰ ਜਾਫੇ ਦੇ ਵਿੱਚ ਜਾ ਕੇ ਹਲਕਾ ਝੁਕਿਆ ਵੇਖਦੇ ਹਾਂ ਕਿਤਨਾ ਮੁਕਾਬਲਾ ਕਰਦਾ ਦੋ ਨੰਬਰ ਤੋਂ ਟੱਕਰ ਹੋਈ ਇਸ ਵੇਲੇ ਪਰ ਪੁਆਇੰਟ ਪਾਕਿਸਤਾਨ ਵਾਰਦਾ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਉਸਮਾਨ ਡੋਗਰ ਰੱਖ ਹੌਸਲਾ ਜਵਾਨਾ ਗੱਲਾਂ ਕਰੂਗਾ ਤੇਰੀਆਂ ਜ਼ਮਾਨਾ ਜਦੋਂ ਤੇਰੀ ਵੀ ਹਰ ਪਾਸੇ ਚੜ੍ਹਾਈ ਹੋਵੇਗੀ ਉਹ ਵੈਦ ਜੱਟ ਬੋਲ ਦੂਗਾ ਤੇਰੇ ਬਾਰੇ ਗੱਲਾਂ ਜਦੋਂ ਤੇਰੀ ਵੀ ਫੋਟੋ ਟੀਵੀ ਅਖਬਾਰਾਂ ਵਿੱਚ ਆਈ ਹੋਵੇਗੀ ਅਗਲੀ ਕਬੱਡੀ ਦੇ ਉੱਤੇ ਨੌਜਵਾਨ ਆਰਫ ਸਿਆਲ ਪਾਕਿਸਤਾਨ ਵਾਰਦਾ ਦੇ ਵੱਲੋਂ ਕਬੱਡੀ ਪਾਉਂਦਾ ਹੋਇਆ ਮੂਹਰੇ ਇਸ ਵੇਲੇ ਬਿਲਕੁਲ ਯੰਗ ਜਾਫੀ ਵੇਖਦੇ ਹਾਂ ਜਨਾਬ ਫੜਨ ਦੀ ਕੋਸ਼ਿਸ਼ ਕਰਦਾ ਹੋਇਆ ਲੇਕਿਨ ਪੁਆਇੰਟ ਆਰਫ ਸਿਆਲ ਦੀ ਝੋਲੀ ਵਿੱਚ ਪੈਂਦਾ ਹੋਇਆ ਅਗਲੀ ਗੱਲ ਬਰਾਰ ਹੀਰਾ ਜੀ ਜੀ ਕਮਾਂਡਰ ਦਾ ਨਾਮ ਵੱਕਾ ਔਰ ਜਾਫੀ ਦੇ ਨਾਂ ਜੇ ਮੁਹੰਮਦ ਆਰਫ ਮੌਲਵੀ ਅੱਜ ਦਾ ਖੂਬਸੂਰਤ ਕਬੱਡੀ ਮੈਚ ਕਮਿਸ਼ਨਰ ਫੈਸਲਾਬਾਦ 41ਵੀਂ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਜਿਹਦਾ ਅੱਜ ਵਾਪਟਾ ਵਾ ਮੁਕਾਬਲਾ ਸਾਡੇ ਦਿਲਾਂ ਦੀ ਧੜਕਣ ਪਾਕ ਆਰਮੀ ਜਾਫੀ ਦਾ ਨਾਂ ਸੱਜਾਦ ਗੁੱਜਰ ਔਰ ਕਬੱਡਰ ਮਲਕ ਬਿਨਿਆਮੀ ਚੱਲਦਾ ਹੋਇਆ ਮੁਕਾਬਲਾ ਹੰਦਿਆਂ ਦੇ ਵਿਚਕਾਰ ਬੜਾ ਤਗੜਾ ਮੁਕਾਬਲਾ ਮੈਦਾਨ ਮਲਕ ਬਿਨਿਆਮੀ ਨੇ ਪੁਆਇੰਟ ਹਾਸਲ ਕੀਤਾ ਆਪਣੀ ਇਸ ਟੀਮ ਦੇ ਵਾਸਤੇ ਜਿਹਨੂੰ ਜਿਹਨੂੰ ਕੋਡੀ ਦਾ ਸਵਾਦ ਆ ਰਿਹਾ ਤੁਹਾਨੂੰ ਕਸਮ ਹੈ ਕਬੱਡੀ ਦੇ ਨਾਂ ਦੀ ਇੱਕ ਵਾਰੀ ਹੱਥ ਖੋਲ ਕੇ ਤਾੜੀਆਂ ਅੱਜ ਦਾ ਤਗੜਾ ਮੁਕਾਬਲਾ ਜੀ ਕਬੱਡਾ ਅਬਦੁਲ ਵਹਾਬ ਵਾਲਾ ਆਪ ਸਾਥ ਕਾਬਾ ਪੰਜਾਬ ਦਾ ਆਖਰੀ ਸ਼ਹਿਰ ਪਿੰਡ 185 ਪਿੰਡਰਾਂ ਵਾਲੀ ਆਇਓ ਵਾਲਾ ਦੋਵੇਂ ਵਾਲੇ ਰੱਬ ਜੀ ਨੂੰ ਦੇਵੇ ਮਰਨ ਮਰਾਣ ਵਾਲੀ ਕੋਡੀ ਆਰਫ ਸਿਆਲ ਡਿਸਟ੍ਰਿਕਟ ਸਾਹਿਬਾ ਚੌਧਰੀ ਤਾਹਰ ਵਹੀ ਜੱਟ ਸਾਹਿਬ ਦੇ ਇਲਾਕੇ ਦਾ ਲੰਬੇ ਵਾਲ ਵੱਲੋਂ ਚਾਹੁੰਦੇ ਕਰ ਦਿੱਤਾ ਹੀ ਬਰਬਾਦ ਆਖੇ ਨੱਗ ਦੇ ਲੋਕਾਂ ਨੇ ਅਲੀ ਮੱਟ ਆਇਓ ਬੱਟਾ ਲੇਕਿਨ ਆਰਫ ਸਿਆਲ ਨੇ ਬੜੇ ਟੈਕਨੀਕਲ ਤਰੀਕੇ ਦੇ ਨਾਲ ਆਪਣਾ ਇਹ ਪੁਆਇੰਟ ਕਲੀਅਰ ਕੀਤਾ ਚਾਲੇ ਜਵਾਨਾ ਪਾਕੋਡੀ ਅਗਲੀ ਕੋਡੀ ਜੀਜੋ ਵਿਖਾਲੇ ਦੀ ਜਿੱਤ ਦਾ ਹਾਇ ਕਾਇਲ ਨਾ ਬੰਦਾ ਤੇ ਨਾ ਖਟਕਾਰ ਹੁੰਦਾ ਉਹ ਪਰੇ ਚਿੱਤਰ ਵੀ ਨਹੀਂ ਮਾਰ ਸਕਦਾ ਜਿਹਦੇ ਸਿਰ ਤੇ ਪੱਗ ਦਾ ਭਾਰ ਹੁੰਦਾ ਜੋ ਖਿਲਾੜੀ ਲੰਗੋਟ ਬਦਲਾਵ ਕਰਦਾ ਉਹ ਖਿਲਾੜੀ ਬਦਕਰਦਾਰ ਹੁੰਦਾ ਤੇ ਚਿੱਤਰ ਵਾਲੇ ਤੋਂ ਅੱਧ ਦਾ ਹਾਰ ਵੱਡੇ ਸਾਕੀ ਉਸ ਦਾ ਤੁਫਕ ਗੰਦਾਰ ਹੁੰਦਾ ਉਸ ਦਾ ਤੁਫਕ ਗੰਦਾਰ ਹੁੰਦਾ ਅਲੀ ਬਾਟ ਯਾ ਜੰਗਲ ਪਹਾੜ ਕਹਿੰਦੇ ਹੈ ਨਾ ਦੇ ਅਲੀ ਅਲੀ ਮੇਰੀ ਮੁਸ਼ਕਲ ਹੱਲ ਕੋਰਿਆ ਮੁਸ਼ਕਲ ਕਸ਼ਾ ਅਲੀ ਅਲੀ ਜਿਹਨੂੰ ਅਲੀ ਦੇ ਨਾਮ ਦੇ ਨਾਲ ਪਿਆਰ ਤਾੜੀ ਮਾਰੋ ਹੋਈ ਯਾਰ ਇੱਕ ਵਾਰੀ ਕਿਆ ਬਾਤ ਹੈ ਜੀ ਅਗਲੀ ਕਬੱਡੀ ਵਕਾਸ ਮੋਹਸਨ ਨਸੀਰ ਵਾਲਾ ਪਾਕਿਸਤਾਨ ਵਾਗਾ ਈਲਾ ਨਾਲ ਉਹਦੇ ਅਤੀਕ ਪਾਵਾ ਔਰ ਮੌਲਵੀ ਆਰਾ ਚੌਧਰੀ ਸ਼ਬਾਬ ਮਦੇਸ਼ਾ ਸਾਹਿਬ ਚੌਧਰੀ ਮੁਹੰਮਦ ਹਸਨ ਗੁਜਰ ਸਾਹਿਬ ਅੱਛਾ ਸਾਹਿਬ ਮੋਹਸਨ ਨਸੀਰ ਵਾਲਾ ਕਿਆ ਬਾਤ ਹੈ ਕਿ ਜਾਨ ਬਚਾ ਕੇ ਨੱਠਣਾ ਬੜਾ ਔਖਾ ਨਾਲ ਡਾਂਟੀਆਂ ਜਦੋਂ ਮੇਲ ਪੈ ਜੇ ਕਿਵੇਂ ਬਣੇ ਰੱਖੀ ਬਚਾ ਉਸਦੀ ਜਿਸ ਲੱਕੜ ਉੱਤੇ ਮਿੱਟੀ ਦਾ ਤੇਲ ਪੈ ਜੇ ਜਿਸ ਲੱਕੜ ਉੱਤੇ ਮਿੱਟੀ ਦਾ ਤੇਲ ਪੈ ਜੇ